ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਮੈਂ ਅੱਜ ਤੁਹਾਨੂੰ ਇੰਟਰਨੈਸ਼ਨਲ ਸਪੀਡ ਪੋਸਟ ਬੁਕਿੰਗ ਕਰਨ ਬਾਰੇ ਦੱਸਣ ਜਾ ਰਿਹਾ ਕਿ POS ਕਾਊਂਟਰ 'ਤੇ ਅਸੀਂ ਇੰਟਰਨੈਸ਼ਨਲ ਸਪੀਡ ਪੋਸਟ ਕਿੱਦਾਂ ਬੁੱਕ ਕਰਨੀ ਹੈ। ਇਹਦੇ ਵਿੱਚ ਇੰਟਰਨੈਸ਼ਨਲ ਮੇਲ, ਆਹ ਤੁਹਾਡਾ ਡੈਸ਼ਬੋਰਡ ਹੈ, ਇਹਦੇ ਵਿੱਚ ਇੰਟਰਨੈਸ਼ਨਲ ਮੇਲ ਲਿਖਿਆ ਹੋਇਆ, ਇਹਦੇ 'ਤੇ ਕਲਿੱਕ ਕਰਨਾ। ਇੱਥੇ EMS ਮਰਚੈਂਡਾਈਜ਼ ਅਤੇ EMS ਡਾਕੂਮੈਂਟ ਲਿਖਿਆ, ਆਪਾਂ ਡਾਕੂਮੈਂਟ 'ਤੇ ਕਲਿੱਕ ਕਰ ਰਹੇ ਹਾਂ। ਥੋੜ੍ਹਾ ਟਾਈਮ ਲੈ ਰਿਹਾ, ਇਹ ਸਕਰੀਨ ਖੁੱਲ੍ਹ ਗਈ ਹੈ। ਇੱਥੇ ਤੁਸੀਂ ਆਰਟੀਕਲ ਦਾ ਵੇਟ ਪਾਉਣਾ, ਕਿਹੜੀ ਕੰਟਰੀ ਆ ਉਹ ਸਿਲੈਕਟ ਕਰ ਲੈਣੀ ਹੈ। ਕੈਨੇਡਾ, ਇੱਥੇ ਆਰਟੀਕਲ ਨੰਬਰ ਪਾਉਣਾ, ਸਭ ਕੁਛ। ਇੱਥੇ ਫਰੋਮ ਐਡਰੈਸ, ਪਿੰਨ ਕੋਡ ਪਾਓ, ਐਂਟਰ ਮਾਰ ਦਿਓ ਜਾਂ ਟੈਪ ਦੇ ਦਿਓ। ਇੱਥੇ ਐਡਰੈਸ ਸੀ ਜਿਹਦੇ ਨਾਂ 'ਤੇ ਆਪਾਂ ਬੁਕਿੰਗ ਕਰਨੀ ਹੈ। ਐਡਰੈਸ ਫਿਲ ਕਰ ਦੇਣਾ ਹੈ, ਸਿਟੀ ਲਿਖ ਦੇਣੀ ਹੈ ਕਿਹੜੀ ਹੈ, ਜ਼ਿਪ ਕੋਡ ਪਾ ਦੇਣਾ ਹੈ ਉੱਥੇ ਦਾ। ਇਸ ਤੋਂ ਬਾਅਦ ਸਬਮਿਟ ਕਰਨਾ ਹੈ। ਜ਼ਿਪ ਕੋਡ 'ਚ ਐਰਰ ਦੇ ਰਿਹਾ, ਤੁਸੀਂ ਪ੍ਰੋਪਰ ਜ਼ਿਪ ਕੋਡ ਲਿਖਣਾ ਜੋ ਲੈਟਰ 'ਤੇ ਲਿਖਿਆ ਹੋਏਗਾ। ਹੁਣ ਇਹਨੂੰ ਅਸੀਂ ਸਬਮਿਟ ਕਰਾਂਗੇ। ਹੁਣ ਇਹਦੇ ਵਿੱਚ ਇਹ ਤੁਹਾਡਾ ਡੈਕਲਾਰੇਸ਼ਨ ਫੋਰਮ ਜਿਹੜਾ ਕਿ ਅਸੀਂ ਫਿਜ਼ੀਕਲ ਫਿਲ ਕਰਦੇ ਹਾਂ ਉਹ ਕੰਪਿਊਟਰ ਦੇ ਵਿੱਚ ਵੀ ਆ ਗਿਆ ਹੈ। ਇਹਨੂੰ ਅਸੀਂ ਇਹਦੇ ਵਿੱਚ ਆਰਟੀਕਲ ਕੰਟੈਂਟ ਕੀ ਆ ਉਹ ਲਿਖਣਾ, ਕੰਟੈਂਟ ਦੀ ਵੈਲਿਊ ਕੀ ਹੈ ਉਹ ਲਿਖ ਦੇਣੀ ਹੈ, ਵੇਟ ਕਿੰਨਾ, ਨੈੱਟ ਵੇਟ ਕਿੰਨਾ ਉਹ ਪਾ ਦੇਣਾ, ਇੱਥੇ ਕੁਆਂਟਿਟੀ ਕਿੰਨੀ ਇੱਕ ਐਡ ਕਰਕੇ ਇੱਥੇ ਸਬਮਿਟ ਕਰ ਦੇਣਾ ਹੈ। ਉਸ ਤੋਂ ਬਾਅਦ ਪੇਮੈਂਟ, ਇਹ ਪੇਮੈਂਟ ਵਾਲਾ ਪੋਰਸ਼ਨ ਆ ਗਿਆ। ਇਸ ਤੋਂ ਬਾਅਦ ਸਬਮਿਟ ਕਰ ਦੇਣਾ ਹੈ। ਸਬਮਿਟ ਕਰੋਗੇ ਤਾਂ ਅਮਾਊਂਟ ਤੁਹਾਡੇ ਕੈਸ਼ ਇਨ ਹੈਂਡ ਵਿੱਚ, ਇੱਥੇ ਕੈਸ਼ ਇਨ ਹੈਂਡ ਵਿੱਚ ਆ ਜਾਏਗੀ। ਇਸ ਟਾਈਮ 0 ਹੈ ਇੱਥੇ ਤੁਹਾਡੇ, ਇਸ ਟਾਈਮ 0। ਅਗਰ ਤੁਸੀਂ ਸਬਮਿਟ ਕਰੋਗੇ ਤਾਂ 1003 ਰੁਪਏ ਜੋ ਇਹਦੀ ਅਮਾਊਂਟ ਬਣਦੀ ਹੈ ਉਹ ਤੁਹਾਡੇ ਕੈਸ਼ ਇਨ ਹੈਂਡ ਵਿੱਚ ਐਡ ਹੋ ਜਾਏਗੀ। ਸੋ ਇਹ ਸੀ ਸਾਡੀ ਸਪੀਡ, ਇੰਟਰਨੈਸ਼ਨਲ ਸਪੀਡ ਪੋਸਟ ਬੁਕਿੰਗ ਕਿਸ ਤਰ੍ਹਾਂ ਕਰਨੀ ਹੈ POS ਕਾਊਂਟਰ 'ਤੇ। ਠੀਕ ਹੈ ਜੀ, ਓਕੇ, ਥੈਂਕਸ।